ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਬਹੁਤ ਸਾਰੇ ਸਟੂਡੈਂਟਸ ਨੇ ਜੋ ਮੈਨੂੰ ਪੁੱਛ ਰਹੇ ਨੇ ਕਿ ਮੈਮ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਜਾਂ ਪੀਪੀਐਸਸੀ ਪੀਸੀਐਸ ਦੀ ਨੋਟੀਫਿਕੇਸ਼ਨ ਆਊਗੀ ਇਸ ਸਾਲ 2021 ਚ ਜਿਹਦੇ ਅੰਦਰ ਨਵੰਬਰ ਦੇ 12 ਦਿਨ ਰਹਿ ਗਏ ਨੇ ਤੇ ਦਸੰਬਰ ਦਾ ਮਹੀਨਾ ਰਹਿ ਗਿਆ ਦੇਖੋ 50% ਚਾਂਸ ਨੇ ਕਿ ਨੋਟੀਫਿਕੇਸ਼ਨ ਆ ਸਕਦੀ ਹੈ ਇਹ ਸਿਰਫ ਮੈਂ ਤੁਹਾਨੂੰ ਆਪਦਾ ਪਰਸਨਲ ਅਪੀਨੀਅਨ ਦੱਸ ਰਹੀ ਹਾਂ ਠੀਕ ਹੈ ਆਪਦੇ ਅਕੋਰਡਿੰਗ ਕਿ 50% ਚਾਂਸ ਨੇ ਨੋਟੀਫਿਕੇਸ਼ਨ ਆ ਸਕਦੀ ਹੈ ਪੀਪੀਐਸਸੀ ਪੀਸੀਐਸ ਦੀ ਵੀ ਤੇ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਦੀ ਵੀ ਸੈਕਿੰਡ ਕੁਐਸਚਨ ਇਹ ਹੈ ਕਿ ਅਗਰ ਨੋਟੀਫਿਕੇਸ਼ਨ ਆ ਜਾਂਦੀ ਹੈ ਤਾਂ ਕਿ ਪੇਪਰ ਇਲੈਕਸ਼ਨ ਤੋਂ ਪਹਿਲਾਂ ਕੰਡਕਟ ਹੋ ਜਾਊਗਾ ਉਹਦੇ ਵਿੱਚ ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਜੋ ਪੇਪਰ ਹੈ ਉਹ ਆਫਟਰ ਇਲੈਕਸ਼ਨ ਕੰਡਕਟ ਹੋਊਗਾ ਅਗਰ ਮੰਨ ਲਓ ਨੋਟੀਫਿਕੇਸ਼ਨ ਆ ਗਈ ਪੀਪੀਐਸਸੀ ਕੋਆਪਰੇਟਿਵ ਦੀ ਵੀ ਤੇ ਪੀਪੀਐਸਸੀ ਪੀਸੀਐਸ ਦੀ ਵੀ ਤਾਂ ਜੋ ਪੇਪਰ ਹੈ ਉਹ ਆਫਟਰ ਇਲੈਕਸ਼ਨ ਕੰਡਕਟ ਹੋਊਗਾ ਕਿਉਂਕਿ ਇਹ ਮੈਨੂੰ ਇੰਜ ਤਾਂ ਲੱਗਦਾ ਕਿਉਂਕਿ ਦੇਖੋ ਪੀਪੀਐਸਸੀ ਦੇ ਪਹਿਲਾਂ ਹੀ ਪੇਪਰ ਜਿਹੜੇ ਉਹ ਪੈਂਡਿੰਗ ਪਏ ਨੇ ਤਾਂ ਉਹਨਾਂ ਦਾ ਸ਼ਡਿਊਲ ਸੈੱਟ ਕਰਨਾ ਹੈ ਇਲੈਕਸ਼ਨ ਤੋਂ ਪਹਿਲੇ-ਪਹਿਲੇ ਠੀਕ ਹੈ ਐਸ ਕਰਕੇ ਇਹ ਮੇਰਾ ਪਰਸਨਲ ਓਪੀਨੀਅਨ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ ਥੈਂਕ ਯੂ ਫॉर ਵਾਚਿੰਗ ਥਿਸ ਬਾਕੀ ਅਗਰ ਤੁਸੀਂ ਪੀਪੀਐਸਸੀ ਨੈਪ ਤਹਿਸੀਲਦਾਰ ਦਾ ਪੇਪਰ ਭਰਿਆ ਹੋਇਆ ਹੈ ਤਾਂ ਮੇਰੇ ਚੈਨਲ ਤੇ ਜਾਓ ਫ੍ਰੀ ਐਮਸੀਕਿਊ ਕੋਰਸ ਚੱਲ ਰਿਹਾ ਹੈ ਬਿਲਕੁਲ ਫ੍ਰੀ ਆਫ ਕੋਸਟ ਹੈ ਪੀਪੀਐਸਸੀ ਲੈਵਲ ਦੇ ਐਮਸੀਕਿਊ ਤੁਹਾਨੂੰ ਕਰਵਾਏ ਜਾ ਜਾਓ ਤੇ ਦੇਖੋ ਪਲੇਲਿਸਟ ਬਣੀਆਂ ਆਈਆਂ ਨੇ ਠੀਕ ਹੈ थैंक यू फॉर वाचिंग दिस